ਸਸ੍ਰੀਕਾਲ ਵੈਲਕਮ ਟੂ ਬਲੂਬਰਟ ਰਿਵੋ ਕੈਨੇਡਾ ਦਾ ਟੂਰਿਸਟ ਵੀਜ਼ਾ ਦਾ ਦੀ ਰੇਟ ਚ ਪ੍ਰੋਸੈਸ ਟਾਈਮ ਕੀ ਚੱਲ ਰਿਹਾ ਜਦੋਂ ਤੁਸੀਂ ਬਾਇਓਮੈਟ੍ਰਿਕ ਦੇ ਕੇ ਆਉਂਦੇ ਪਏ ਉਸ ਤੋਂ ਬਾਅਦ ਤੁਹਾਡੇ ਰਿਜ਼ਲਟ ਕਿੰਨੇ ਦਿਨ ਦੇ ਵਿੱਚ ਆ ਰਿਹਾ ਐ ਐਸਟੈਮਿਕ ਚੀਜ਼ ਐ ਜੋ ਟ੍ਰੈਂਡ ਐ ਆਪਾਂ ਲਾਸਟ ਕੁਝ ਵੀਡੀਓਸ ਵੀ ਗੱਲ ਕਰ ਚੁੱਕੇ ਆ ਕਿ ਇਸ ਟਾਈਮ ਟ੍ਰੈਂਡਿੰਗ ਦੇ ਹਿਸਾਬ ਨਾਲ ਜੋ ਪੋਜ਼ਿਟਿਵ ਰਿਜ਼ਲਟ ਨੇ ਉਹ ਮੈਕਸਿਮਮ ਜਿਹੜੇ ਆ ਉਹ 22 30 ਡੇਸ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਯਾਰ ਜੇ ਜਦੋਂ ਤੁਸੀਂ ਫਾਈਲ ਅਪਲਾਈ ਕਰਦੇ ਹੋ ਤੁਹਾਡੇ ਰਿਜ਼ਲਟ ਜਿਹੜੇ ਆ ਮੈਕਸਿਮਮ 20 ਤੋਂ 30 ਡੇਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਬਟ ਜੇ ਰਿਫਿਊਜ਼ਲਸ ਆ ਰਹੀਆਂ ਨੇ ਉਹ ਵਿਦਨ 7 ਤੋਂ 10 ਡੇਸ ਦੇ ਵਿੱਚ ਆ ਰਹੀਆਂ ਨੇ ਤੇ ਕੁਝ ਰਿਫਿਊਜ਼ਲ ਜੜੀਆਂ ਨੂੰ ਜ਼ਿਆਦਾ ਡਿਲੇ ਵੀ ਹੋ ਰਹੀਆਂ ਨੇ ਉਹ ਲਗਭਗ 30 ਡੇਸ ਵੀ ਕਈ ਵਾਰ ਕਿਸੇ ਨੂੰ ਰਿਫਿਊਜ਼ਲ ਦੇਖਣ ਨੂੰ ਮਿਲੀ ਹੈ ਬਟ ਮੈਕਸਿਮਮ ਰਿਫਿਊਜ਼ਲ ਜੜੀਆਂ ਨੇ ਉਹ 7 ਤੋਂ 10 ਡੇਸ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਯਾਨੀ ਜੇ ਰਿਜ਼ਲਟ 7 ਤੋਂ 10 ਡੇਜ਼ ਦੇ ਵਿੱਚ ਆ ਰਿਹਾ ਤਾਂ ਉਹਦੇ ਵਿੱਚ ਮੈਕਸਿਮਮ ਰਿਫਿਊਜ਼ਲਸ ਆ ਰਹੀਆਂ ਨੇ ਬਟ ਐਵੇਂ ਨਹੀਂ ਹੈ ਕਿ ਉਹਦੇ ਸਾਰੀਆਂ ਹੀ ਰਿਫਿਊਜ਼ਲਸ ਆ ਰਹੀਆਂ ਨੇ ਕੁਝ ਵੀਜ਼ਾ ਸਾਡੇ ਵੀ ਹੁਣੇ ਰੀਸੈਂਟ ਅਪਰੂਵ ਹੋਏ ਆ ਜਿਹੜੇ ਵਿਦਿਨ 12 ਡੇਜ਼ ਦੇ ਵਿੱਚ ਵੀ ਆਏ ਆ ਵਿਦਿਨ ਵੀਕ ਵੀ ਆਏ ਆ ਅ ਕੱਲ ਜਾਂ ਪਰਸੋਂ ਸਾਡੇ ਇੱਕ ਰਿਜ਼ਲਟ ਆਇਆ ਉਹਨਾਂ ਦੀ ਜਿਹੜੀ ਬਾਇਓਮੈਟ੍ਰਿਕ ਆ ਉਹ 19 ਮਾਰਚ ਨੂੰ ਹੋਈ ਆ ਰਿਜ਼ਲਟ 26 ਮਾਰਚ ਨੂੰ ਆ ਚੁੱਕਿਆ ਯਾਨੀ ਸਿਰਫ 7 ਡੇਜ਼ ਲੱਗੇ ਆ ਤੇ 7 ਡੇਜ਼ ਦੇ ਵਿੱਚ ਵੀਜ਼ਾ ਆਇਆ ਉਹਨਾਂ ਦਾ ਇਸ ਤਰ੍ਹਾਂ ਦੇ ਨਾਲ ਰਿਜ਼ਲਟ ਜਿਹੜੇ ਆ ਪੋਜ਼ਿਟਿਵ ਕਾਫੀ ਆ ਰਹੇ ਆ ਬਟ ਜਿਹੜੇ ਜਲਦੀ ਆ ਰਹੇ ਨੇ ਰਿਜ਼ਲਟ ਉਹਨਾਂ ਵਿੱਚ ਮੈਕਸਿਮਮ ਰਿਫਿਊਜ਼ਲਸ ਨੇ ਬਟ ਜਿਹੜੇ ਡਿਲੇ ਹੋ ਰਹੇ ਨੇ 20 ਡੇਸ ਤੋਂ ਅੱਬ ਵਜਾਰਾ ਜੀ ਤੁਸੀਂ ਐਪਲੀਕੇਸ਼ਨ ਲਾਈ ਹੋਈ ਹੈ ਇਸ ਟਾਈਮ ਤੁਹਾਡਾ ਰਿਜ਼ਲਟ ਜਿਹੜਾ ਅਜੇ ਨਹੀਂ ਆਇਆ ਐਪਲੀਕੇਸ਼ਨ ਲੱਗੀ ਨੂੰ 20 ਤੋਂ 30 ਦਿਨ ਹੋ ਚੁੱਕੇ ਨੇ ਦੈਨ ਵਰੀ ਨਾ ਕਰੋ ਤੁਹਾਡਾ ਰਿਜ਼ਲਟ ਪੋਜ਼ਿਟਿਵ ਹੋ ਸਕਦਾ ਉਹਦੇ ਵਿੱਚ ਪੋਜ਼ਿਟਿਵ ਰਿਜ਼ਲਟ ਆਉਣ ਦੇ ਜ਼ਿਆਦਾ ਚਾਂਸ ਨੇ ਤੇ ਜੇ ਕਿਸੇ ਨੂੰ ਈਮੇਲ ਜਲਦੀ ਆ ਜਾਂਦੀ ਹੈ 7 ਤੋਂ 10 ਡੇਸ ਦੇ ਵਿੱਚ ਉਹਨੂੰ ਈਮੇਲ ਆ ਰਹੀ ਹੈ ਤਾਂ ਉਹਦੇ 'ਚ ਵੀ ਨਾ ਘਬਰਾਓ ਕਿਉਂਕਿ ਕੁਝ ਰਿਜ਼ਲਟ ਜਿਹੜੇ ਆ ਉਹਦੇ 'ਚ ਪੋਜ਼ਿਟਿਵ ਹੀ ਆ ਰਹੇ ਆ ਤੇ ਇਹਦੇ 'ਚ ਦੇਖਣ ਨੂੰ ਮਿਲਿਆ ਹੋ ਸਕਦਾ ਕਿ ਜਿਹੜੇ ਰਿਜ਼ਲਟ ਪੋਜ਼ਿਟਿਵ ਆਏ ਨੇ ਆਟੋ ਅਪਰੂਵਲ ਵੀ ਹੋਵੇ ਯਾਨੀ ਸੌਫਟਵੇਅਰ ਵੱਲੋਂ ਵੀ ਵੀਜ਼ਾ ਅਪਰੂਵ ਕੀਤੇ ਗਏ ਹੁਣ ਐਵੇਂ ਵੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਬੜੇ ਗੱਲ ਯਾਦ ਰੱਖਿਓ ਕਿ ਵੀਜ਼ਾ ਆਉਣ ਤੋਂ ਬਾਅਦ ਸਟੈਂਪ ਹੋਣ ਤੋਂ ਬਾਅਦ ਜਦੋਂ ਟ੍ਰੈਵਲ ਕਰਨਾ ਉਸ ਟਾਈਮ ਜ਼ਰੂਰ ਧਿਆਨ ਰੱਖੋ ਕੈਨੇਡਾ ਇਸ ਟਾਈਮ ਥੋੜਾ ਸਟ੍ਰਿਕਟ ਚੱ ਪ੍ਰੋਬਲਮ ਹੋ ਸਕਦੀਆਂ ਨੇ ਉੱਤੇ ਪਹੁੰਚ ਕੇ ਵੀ ਕੁਝ ਪ੍ਰੋਬਲਮ ਹੋ ਸਕਦੀਆਂ ਨੇ ਤੁਸੀਂ ਉਹਨਾਂ ਕਿਵੇਂ ਕਲੀਅਰ ਕਰਨਾ ਹੈ ਕਿਵੇਂ ਤੁਸੀਂ ਉਹਨਾਂ ਚੀਜ਼ਾਂ ਨੂੰ ਕਰ ਸਕਦੇ ਹੋ ਕਲੀਅਰ ਕਿਹੜੇ ਕਿਹੜੇ ਡਾਕੂਮੈਂਟ ਕੈਰੀ ਕਰਨੇ ਹੁੰਦੇ ਨੇ ਇਹਦੇ ਤੇ ਆਲਰੇਡੀ ਵੀਡੀਓਜ਼ ਬਣਾਈ ਹੋਈਆਂ ਨੇ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓਜ਼ ਦੇਖ ਸਕਦੇ ਹੋ ਕਾਫੀ ਡਿਟੇਲਸ ਜਿਸੀਂ ਉਹਦੇ ਚ ਡਿਸਕਸ ਕੀਤੀ ਹੈ ਕਿ ਤੁਸੀਂ ਇਹ ਰਿਪੋਰਟ ਤੇ ਜਾ ਕੇ ਕਿਵੇਂ ਆ ਜਿਹੜੀ ਇਮੀਗ੍ਰੇਸ਼ਨ ਨੂੰ ਕਲੀਅਰ ਕਰ ਸਕਦੇ ਹੋ ਤੇ ਕਿਹੜੇ ਕਿਹੜੇ ਡਾਕੂਮੈਂਟ ਕੈਰੀ ਕਰਨੇ ਹੁੰਦੇ ਨੇ ਉਹ ਜ਼ਰੂਰੀ ਹੁੰਦੇ ਨੇ ਉਹਦੇ ਤੇ ਵੀ ਇੱਕ ਵੀਡੀਓ ਸੀ ਆ ਜਿਹੜੀ ਹੈ ਚੈਨਲ ਤੇ ਪਾਈ ਹੈ ਤਾਂ ਤੁਸੀਂ ਉਹ ਵੀ ਜਾ ਕੇ ਦੇਖ ਲਿਓ ਤੁਹਾਨੂੰ ਕਾਫੀ ਜਿਹੜੀ ਆ ਉਹਦੇ ਤੇ ਅਪਡੇਟਸ ਜਿਹੜੀਆਂ ਨੇ ਮਿਲ ਜਾਣਗੀਆਂ ਐਵੇਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ 'ਚ ਸਤਿ ਸ਼੍ਰੀ ਅਕਾਲ